ਵਿੱਚ ਸਾਡੇ ਮਾਨਯੋਗ SSP ਸਾਹਿਬ ਵੱਲੋਂ ਅਤੇ ਸੀਨੀਅਰ ਅਫਸਰ ਵੱਲੋਂ ਮੀਡੀਆ ਦੇ ਹਦਾਇਤ ਆਉਂਗੇ, ਇੱਕ ਤਾਂ ਜਿਹੜੇ ਹੀਵੀਅਸ ਕ੍ਰਾਈਮ 'ਚ ਭਗੌੜੇ ਦੋਸ਼ੀ ਆ ਉਹ ਮੁਹਿੰਮ ਚੱਲ ਰਹੀ ਸੀ ਉਹ ਫੜੇ ਨੇ, ਜਿਨ੍ਹਾਂ ਦੇ ਵਿੱਚ ਹਾਲ ਹੀ ਵਿੱਚ ਥੋੜ੍ਹਾ ਸਮਾਂ ਪਹਿਲਾਂ ਇੱਕ ਆਦਮੀ ਕੁਲਦੀਪ ਸੀ ਆ, ਉਹਨੇ ਆਪਣੀ ਘਰਵਾਲੀ ਨੂੰ ਆਪਣੇ ਵੱਲੋਂ ਮਾਰ ਕੇ ਸੁੱਟ ਗਏ ਅੰਦਰ, ਪਰ ਉਹਦੀ ਜਾਨ ਪਰ ਬਚ ਗਈ। ਉਹ 307 ਦੇ ਪਰਚੇ 'ਚ ਫੜਿਆ ਜੀ, ਡੇਰਾ ਬਾਬਾ ਨਾਨਕ ਸਾਹਿਬ ਤੋਂ। ਦੂਸਰਾ, ਦੋ ਚੋਰਾਂ ਦੇ ਗੈਂਗ ਫੜੇ ਆ ਜੀ, ਇੱਕ ਮੱਝਾਂ ਚੋਰੀ ਕਰਨ ਵਾਲਾ ਗੈਂਗ ਸਾਡੇ ਨਵਾਂ ਪਿੰਡ ਚੌਂਕੀ ਰਸ਼ਪਾਲ ਜੀ ਨੇ ਫੜਿਆ, ਉਹ ਮੱਝਾਂ ਬਰਾਮਦ ਕਰਕੇ ਅਤੇ ਉਹਨਾਂ ਦੇ ਵਾਰਸਾਂ ਦੇ ਮਾਲਕਾਂ ਦੇ ਸਪੁੱਰਦ ਕਰ ਦਿੱਤੀਆਂ ਗਈਆਂ, ਉਹ ਦੋਸ਼ੀ ਅਰੈਸਟ ਨੇ। ਇਸ ਤੋਂ ਇਲਾਵਾ ਇੱਧਰ ਧਾਰੜ ਸਾਈਡ ਆ, ਪਿੰਡਾਂ ਦੇ ਵਿੱਚ ਤਾਰਾਂ ਅਤੇ ਟਰਾਂਸਫਾਰਮਰ ਮੋਟਰਾਂ ਦੀ ਚੋਰੀ ਵਾਲੇ ਹੀ ਉਹ ਦੋ ਮੁਲਜ਼ਮ ਫੜੇ ਆ, ਉਹ ਅੱਗੇ ਜਿਹੜੇ ਕੁਆੜੀਏ ਨੂੰ ਸਮਾਨ ਵੇਚਦੇ ਸੀ ਉਹ ਕੁਆੜੀਏ ਨੂੰ ਅਰੈਸਟ ਕੀਤਾ ਅਤੇ ਸਮਾਨ ਦੀ ਬਰਾਮਦਗੀ ਹੋਈ ਹੈ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ, ਜਿਹੜਾ ਡਰੱਗ ਨਾਲ ਰਿਲੇਟਡ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੱਲਦੀ ਆ, ਉਹਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਿਲ ਕੀਤੀ ਹੈ। ਇੱਥੇ ਇੱਕ ਗਗਨ ਦੀ ਗੱਗੀ ਕਰਦੀ ਪ੍ਰੋਗਰਾਮ ਸੀਗਾ, ਉਹਦੇ ਕੋਲ ਹੈਰੋਇਨ ਬਰਾਮਦ ਕੀਤੀ ਆ, ਉਹਦੀ ਵੀ ਅਰੈਸਟ ਪਾਈ ਹੈ। ਅਤੇ ਥੋੜ੍ਹੇ ਦਿਨ ਪਹਿਲਾਂ, 3 ਦਿਨ ਪਹਿਲਾਂ ਹੀ ਨੰਗਲ ਗਰੁੱਪ ਵੀ ਇੱਕ ਘਰੇਲੂ ਝਗੜੇ ਨੂੰ ਲੈ ਕੇ ਉਹਦੇ ਦੂਸਰੀ ਧਿਰ ਦੇ ਸਾਥੀ ਆਏ, ਉਹ ਗੋਲੀਆਂ ਚਲਾ ਕੇ ਭੱਜ ਗਏ ਸੀ, ਜ਼ਖਮੀ ਹੋਏ 3 ਬੰਦੇ। 8 ਬੰਦਿਆਂ ਦੇ FIR ਦਰਜ ਕੀਤੀ ਹੈ, ਜਿਨ੍ਹਾਂ 'ਚ 4 ਬੰਦੇ ਉਹਨਾਂ 'ਚ ਅਰੈਸਟ ਹੋ ਚੁੱਕੇ ਨੇ। ਸਰ, ਇਹਨਾਂ ਸਾਰਿਆਂ ਦੇ ਵਿੱਚ ਮੁੱਢਲੀ ਤਫਤੀਸ਼ ਕੀ ਸਾਹਮਣੇ ਆਉਂਦੀ? ਮੁੱਢਲੀ ਤਫਤੀਸ਼ ਜਿਹੜੇ ਡਰੱਗ ਵਿਕਰੇਤਾ ਜੀ, ਉਹ ਡਰੱਗ 'ਤੇ ਬਿਲਕੁਲ ਸਖਤੀ ਨਾਲ, ਹਰ ਕ੍ਰਾਈਮ ਨੂੰ ਬੜੀ ਸਖਤੀ ਨਾਲ ਅਸੀਂ ਖਤਮ ਕਰਾਂਗੇ। ਇਹ ਤਰ੍ਹਾਂ ਦਾ ਵੀ ਆ ਜਿਹੜੇ ਆ ਗੁੰਡਾਗਰਦੀ ਜਾਂ ਗੋਲੀਆਂ ਚਲਾਉਂਦੇ ਜੀ, ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ, ਇੱਥੇ ਬਿਲਕੁਲ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਨਹੀਂ ਹੋਣਾ। ਜਿਹੜੇ ਕੱਲ੍ਹ ਤਾਰਾਂ ਫੜਦੇ ਪਿੰਡ ਵਾਲਿਆਂ ਨੇ ਫੜਾਇਆ, ਉਹਦਾ ਕੀ ਮਾਮਲਾ? ਉਹਦਾ ਮਾਮਲਾ ਦਰਜ ਕਰਕੇ ਜੀ, ਜਿੱਥੇ ਤਾਰਾਂ ਇਹਨਾਂ ਵੇਚੀਆਂ ਉਹ ਤਾਰਾਂ ਵੀ ਬਰਾਮਦ ਕੀਤੀਆਂ, ਉਸ ਕੁਆੜੀ ਨੂੰ ਵਿੱਚ ਐਡ ਕੀਤਾ, ਸ਼ਾਮਿਲ ਕੀਤਾ ਜੀ। ਇਹੋ ਜਿਹੀਆਂ ਚੋਰੀਆਂ ਅਤੇ ਬੁਰਾਈਆਂ ਅਤੇ ਕੁਰੀਤੀਆਂ ਨੂੰ ਸਖਤੀ ਨਾਲ ਜੰਡਿਆਲਾ ਪੁਲਿਸ ਨਜਿੱਠੇਗੀ ਤੁਹਾਡੇ ਪਬਲਿਕ ਦੇ ਸਹਿਯੋਗ। ਆਰੋਪੀਆਂ 'ਤੇ ਪਹਿਲਾਂ ਵੀ ਪਰਚੇ ਦਰਜ ਹੈਗੇ? ਪਹਿਲਾਂ ਵੀ ਦਰਜ ਹੈਗੇ ਨੇ ਸਾਰੇ ਆਰੋਪੀਆਂ ਦੇ, ਨਹੀਂ ਕੁਝ ਵਿੱਚੋਂ ਜਿਹੜੇ ਹੈਗੇ ਨੇ ਉਹਨਾਂ ਦੇ ਪਰਚੇ ਦਰਜ ਨੇ, ਇਹਨਾਂ ਦੇ ਰਿਮਾਂਡ ਲਵਾਂਗੇ, ਰਿਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਅਤੇ ਵੱਧ ਤੋਂ ਵੱਧ ਹੋਰ ਰਿਕਵਰੀਆਂ ਕੀਤੀਆਂ ਜਾਣ। ਜਿਹੜੀ ਨਵੀਂ ਵਿਆਹ ਦਾ ਕੁੜੀ ਨੂੰ ਜਿਹੜਾ ਕੁੱਟਮਾਰ ਕੀਤੀ ਸੀ ਉਹਦੇ ਬਾਰੇ ਕੀ ਕਾਰਨ ਦੇਖੋ? ਉਹਦੇ ਬਾਰੇ ਮੀਆਂ ਬੀਬੀ ਸੀ ਦੋਨੋਂ, ਉਹ ਆਪਸ ਵਿੱਚ ਝਗੜ ਪਏ, ਉਹ ਆਦਮੀ ਉਹਦਾ ਕੁਲਦੀਪ ਸਿੰਘ ਦਾ ਨਾਂ ਦਾ ਪਤਾ ਜੀ, ਡੇਰੇ ਬਾਬੇ ਨਾਨਕ ਚੈਨੇਵਾਲ ਪਿੰਡ ਦਾ ਰਹਿਣ ਵਾਲਾ, ਇੱਥੇ ਲੜਕੀ ਬੁਟੀਕ ਦਾ ਕੰਮ ਕਰਦੀ ਸੀ ਆਪਣਾ, ਉਹਦੇ ਦੁਕਾਨ 'ਤੇ ਆ ਕੇ ਰਾਤ ਨੂੰ ਕੁੱਟਮਾਰ ਕੀਤੀ, ਉਹਨੇ ਕੈਂਚੀਆਂ ਨਾਲ ਕੁੱਟਿਆ, ਈਵਨ ਦਿਨ ਵੀ ਕਰੰਟ ਤੱਕ ਵੀ ਉਹਨੂੰ ਲਾਇਆ, ਕਾਫੀ ਮਦਹੋਸ਼ ਹਾਲਤ 'ਚ ਛੱਡ ਗਏ। ਉਹ ਜਦੋਂ ਪਤਾ ਲੱਗਾ, ਉਹ ਪਰਿਵਾਰਕ ਮੈਂਬਰ ਆ, ਪਬਲਿਕ ਦੇ ਸਹਿਯੋਗ ਨਾਲ ਪੁਲਿਸ ਨੇ ਉਹ ਟ੍ਰੀਟਮੈਂਟ ਕਰਾਇਆ, ਉਹਦਾ ਇਲਾਜ ਹੋਇਆ। ਉਹ ਦੋਸ਼ੀ ਕਾਫੀ ਸਮੇਂ ਤੋਂ ਭਗੌੜਾ ਚੱਲਿਆ ਆ ਰਿਹਾ ਸੀਗਾ ਜੀ, ਉਹ ਸਾਡੀਆਂ ਟੀਮਾਂ ਮਗਰ ਲੱਗੀਆਂ ਸੀ, ਉਹਨਾਂ ਨੂੰ ਅਸੀਂ ਅਰੈਸਟ ਉਹਨੂੰ ਕਰ ਲਿਆ, ਉਹਦਾ ਰਿਮਾਂਡ ਲੈ ਕੇ ਅੱਗੇ ਹੋਰ ਪੁੱਛਗਿੱਛ ਕਰਾਂਗੇ। ਉਹਨਾਂ ਦਾ ਘਰੇਲੂ ਮਾਮਲਾ ਸੀਗਾ, ਲੜਕੀ ਵਿਆਹੀ ਸੀ ਚਾਟੀਪਿੰਡ ਤੋਂ, ਉਹ ਮੀਆਂ ਬੀਬੀ ਦਾ ਤਕਰਾਰ ਹੋ ਗਿਆ, ਉਹਦੇ ਭਰਾ ਆਏ ਅਤੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਅਤੇ ਫਾਇਰਿੰਗ ਵੀ, ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਘੇਰਨ ਲੱਗੇ, ਫਾਇਰਿੰਗ ਕਰਕੇ ਭੱਜ ਗਿਆ, ਗੋਲੀ ਚਲਾਈ ਆ, ਉਹਦੇ 8 ਜੋ 4 ਬੰਦੇ ਗ੍ਰਿਫਤਾਰ ਕਰ ਲਏ। ਸਰ, ਜਿਹੜੀਆਂ ਪਿੰਨੀਆਂ ਚੋਰੀਆਂ ਹੋਈਆਂ ਉਹਨਾਂ ਵਿੱਚੋਂ ਕੋਈ ਬਰਾਮਦ ਹੋਈ? ਦੇਖੋ, ਇਹਨਾਂ ਦਾ ਰਿਮਾਂਡ ਲੈ ਕੇ ਪਹਿਲੀਆਂ ਚੋਰੀਆਂ ਵੀ ਟਰੇਸ ਕਰਾਂਗੇ, ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ, ਹਰ ਹਾਲਤ ਪਹਿਲੀਆਂ ਟਰੇਸ ਹੋਣਗੀਆਂ ਅਤੇ ਅਜਿਹੇ ਚੋਰਾਂ ਨਾਲ ਸਖਤੀ ਨਾਲ ਨਜਿੱਠਿਆ।